ਅਸੀਂ ਮਹਿਫਿਲ ਸਜਾਈਏ ਔਰ ਇਤਨੇ ਪਿਆਰੇ ਪਿਆਰੇ ਲੱਗੀ ਦੇ ਅਸੀਂ ਖੂਬਸੂਰਤ ਮਹਿਮਾਨ ਮੇਰੀ ਤਰਫ ਸੇ ਔਰ ਅਸਲਾਮ ਅਲੈਕੁਮ ਸਪੈਸ਼ਲ ਹਮ ਲੋਕ ਇਸਲਾਮਾਬਾਦ ਸੇ ਯਹਾਂ ਪਰ ਆਏ ਹੈ ਸਾਥ ਤੀਨ ਸਾਹਿਬ ਹਮਾਰੇ ਬਹੁਤ ਪਿਆਰੇ ਦੋਸਤ ਹੈ ਉਨਕੀ ਮੁਹੱਬਤ ਹਮੇ ਯਾਦ ਹੋਏ ਆਪਕੇ ਬੜਾ ਅੱਛਾ ਲੱਗਾ ਤੋ ਆਪ ਯਹਾਂ ਕਰ ਰਹੇ ਹੈ ਜੀ ਆਪ ਕਿਆ ਕਰ ਰਹੇ ਹੈ ਮੈਂ ਜੀ ਬਾਹਰ ਰੇੜੀ ਲਾਈ ਹੈ ਗੋਲ ਗੱਪੇ ਜਿੰਨਾ ਵੱਡਾ ਤੇਰਾ ਮੂੰਹ ਹੈ ਤੂੰ ਆਪ ਗੋਲ ਗੱਪਾ ਮਾਰ ਕੇ ਤੇ ਬੈਠ ਜਾ ਰਿਹਾ ਇਹਨਾਂ ਬਾਹਰ ਦਾ ਪੁੱਤਰ ਹੈ ਸਮਝ ਤੇ ਜਾ ਰਿਹਾ ਖੋਤੇ ਨੇ ਉਹ ਲੱਤ ਮਾਰੀ ਹੈ ਮੈਂ ਦੋ ਲੱਤਾਂ ਮਾਰੀਆਂ ਕਹਿੰਦੇ ਮੈਂ ਤੇ ਉਸ ਤੋਂ ਘੱਟ ਹਾਂ ਯਾਰ ਵੈਸੇ ਮੁਝੇ ਇੱਕ ਸਮਝ ਨਹੀਂ ਆਤੀ ਬਾਤ ਵੀ ਹੈ ਮਾਰਾ ਆਪਣਾ ਕਜ਼ਨਸ ਦਾ ਮਾਮਲਾ ਹੈ ਆਪ ਕੋ ਕਿਆ ਤਕਲੀਫ ਹੈ ਕਜ਼ਨਸ ਕਰਤਾ ਮਾਮਲਾ ਗਾਣੇ ਗੋਇਆ ਕੀਤਾ ਉਹ ਛੁੱਟੀ ਪਾੜ ਕੇ ਲਾਇਆ ਕਹਿੰਦਾ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਇਹ ਵੀ ਨਾਲ ਆਇਆ ਮੈਨੂੰ ਕਹਿੰਦਾ ਯਾਰ ਮੇਰਾ ਚਕਾਤ ਸੀ ਇਹ ਕੋਈ ਨਵਾਂ ਬ੍ਰਾਂਡ ਆਇਆ ਤੇਲ ਦਾ ਐਨ ਜ਼ੁਬਾਨ ਤੇ ਲੈ ਤੇ ਕਹਿੰਦਾ ਵਾਹ 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 ਜ਼ੈਕਾ ਵੀ ਸਾਗ ਵਰ ਗਈ ਨਾਲ ਹੀ ਗਾਂ ਕਹਿੰਦੀ ਹੈ ਵੇ ਭਰਾ ਇਹ ਮੇਰੇ ਸਟੇਟ ਮਾਰ ਦੇ ਜਿਹੜੇ ਤੂੰ ਚੱਕਣ ਦੇ ਇੱਕ ਗੋਲੀ ਖਾਣੀ ਇੱਕ ਦਿਨ ਨੂੰ ਖਾਣੀ ਇੱਕ ਰਾਤ ਨੂੰ ਖਾਣੀ ਹੈ ਠੀਕ ਹੈ ਉਹਨੇ ਕਿਹਾ ਜੀ ਹੋਰ ਕੁਛ ਉਹਨੇ ਕਿਹਾ ਘਰ ਜਾ ਕੇ ਗਰਮ ਖੁਰਾਕ ਖਾਣੀ ਹੈ ਘਰ ਜਾ ਕੇ ਬੱਚਿਆਂ ਦੇ ਸਤਾਰਾਂ ਪੈਂਪਰ ਖਾ ਰਹੇ ਡਾਕਟਰ ਕੋਲ ਗਿਆ ਤੇ ਕਹਿੰਦਾ ਡਾਕਟਰ ਸਾਹਿਬ ਉਹ ਮੇਰਾ ਐਕਸੀਡੈਂਟ ਹੋ ਗਿਆ ਮੈਂ ਮਰ ਗਿਆ ਮੈਂ ਮਰ ਗਿਆ ਮੈਨੂੰ ਪੱਟੀ ਖੋਲੋ ਮੈਨੂੰ ਦਵਾਈ ਦਿਓ ਉਹਨੇ ਕਿਹਾ ਹੋਇਆ ਕੀ ਕਹਿੰਦਾ ਮੈਂ ਤੇਜ਼ ਗੱਡੀ ਚਲਾ ਰਿਹਾ ਸਾਂ ਅਤੇ ਮੇਰਾ ਐਕਸੀਡੈਂਟ ਹੋ ਗਿਆ ਅਤੇ ਮੈਨੂੰ ਲੱਗ ਗਈ ਹੈ ਉਹਨੇ ਕਿਹਾ ਕਿਵੇਂ ਐਕਸੀਡੈਂਟ ਹੋਇਆ ਕਹਿੰਦਾ ਮੈਂ ਬੜੀ ਸਪੀਡ ਹੀ ਜਾ ਰਿਹਾ ਸਾਂ ਉਹਨੇ ਕਿਹਾ ਅੱਗੇ ਟਰੱਕ ਆ ਗਿਆ ਸੀ ਕਹਿੰਦਾ ਨਹੀਂ ਕਹਿੰਦਾ ਬੱਸ ਆ ਗਈ ਸੀ ਨਹੀਂ ਰੇੜਾ ਆ ਗਿਆ ਸੀ ਨਹੀਂ ਅਤੇ ਫਿਰ ਐਕਸੀਡੈਂਟ ਕਿਵੇਂ ਹੋਇਆ ਕਹਿੰਦਾ ਮੈਂ ਬੜੀ ਸਪੀਡ ਨਾਲ ਜਾ ਰਿਹਾ ਸਾਂ ਮੈਂ ਐਵੇਂ ਮੋੜ ਕੱਟਿਆ ਅੱਗੇ ਮੋੜ ਹੀ ਨਹੀਂ ਸੀ ਬੜਾ ਅਜੀਬ ਆਦਮੀ ਹੈ ਯਕੀਨ ਕਰੇ ਇਸ ਦੀ ਕਿਸੇ ਬਾਤ ਤੇ ਆਪ ਯਕੀਨ ਨਾ ਕਰੇ ਬਹੁਤ ਹੀ ਝੂਠ ਬੋਲਦਾ ਹੈ ਬਚਪਨ ਮੇਂ ਇਹ ਛੋਟਾ ਸਾ ਥਾ ਇਸਨੇ ਇੱਕ ਬੱਚੇ ਦਾ ਖਿਲੌਣਾ ਚੋਰੀ ਕੀਆ ਬਾਤ ਪੜਾ ਪੁਲਿਸ ਵਾਲੇ ਪੀਛੇ ਲੱਗ ਗਏ ਉਨਕੋ ਚਕਮਾ ਦੇਣੇ ਕੇ ਲੀਏ ਕਬਰਿਸਤਾਨ ਕੀ ਦੀਵਾਰ ਫੈਲਾ ਕੇ ਵੋ ਚਲਾ ਗਿਆ ਚੋਰੀ ਸੀ ਕਬਰ ਕੇ ਉਸਨੇ ਬੈਠ ਕੇ ਦੁਆ ਕਰਨੀ ਸ਼ੁਰੂ ਕਰ ਦਿੱਤੀ ਬਚ ਜਾਊਗਾ ਪੁਲਿਸ ਦਾ ਕਬਰ ਕਰਨ ਲੱਗਾ ਹੋਇਆ ਤੁਮਨੇ ਚੋਰੀ ਕੀ ਹੈ ਕਹਿੰਦਾ ਨਹੀਂ ਜੀ ਮੈਂ ਤਾਂ ਦੁਆ ਕੀ ਹੈ ਕਹਿੰਦਾ ਇਹ ਕਿਸੀ ਕਬਰ ਹੈ ਕਹਿੰਦਾ ਜੀ ਮੇਰੇ ਵਾਲਦ ਸਾਹਿਬ ਉਹਨਾਂ ਨੇ ਕਿਹਾ ਕਿ ਤੂੰ ਛੋਟੇ ਬੱਚੇ ਕੀ ਕਬਰ ਕਹਿੰਦਾ ਜੀ ਮੇਰੇ ਵਾਲਦ ਸਾਹਿਬ ਬਚਪਨ ਮੈਂ ਫੌਤ ਹੋ ਅੱਛੀ ਬਾਤ ਹੈ ਅਬੂ ਕੇ ਦੁਆ ਕਰਨੀ ਚਾਹੀਦੀ ਅਭੀ ਜਹਾਜ਼ ਟੇਕ ਆਫ ਕਰੇਗਾ ਆਪ ਲੋਗੋਂ ਸੇ ਇਤਨਾਸ ਹੈ ਕਿ ਆਪਣੇ ਸੀਟ ਬੈਲਟ ਬਾਂਧ ਲੇ ਖਲੋ ਗਿਆ ਸਲਵਾਰ ਦੀ ਮੇਜ਼ ਪਾ ਕੇ ਬੈਠਾ ਸੀ ਕਹਿੰਦਾ ਜੀ ਮੇਰੇ ਕੋਲ ਬੈਲਟ ਨਹੀਂ ਮੈਂ ਨਾਲੇ ਨੂੰ ਕੱਸ ਕੇ ਬੰਨ ਲਾਂ ਜੋ ਹੁੰਦਾ ਉਹਦੀ ਗੱਲ ਹੁੰਦੀ ਹੈ ਯਕੀਨ ਕਰੋ ਜੀ ਇਹੋ ਜਿਹੇ ਬੰਦੇ ਬਸਾ ਵੇਖ ਲਓ ਸਾਊਦੀ ਅਰਬ ਚਲਾ ਗਿਆ ਦੋ ਅਰਬੀ ਆਪਸ ਵਿੱਚ ਲੜਨ ਦੇ ਤੇ ਅਰਬੀ ਚ ਗਾਲਾਂ ਕੱਢ ਰਿਹਾ ਇੱਕ ਦੂਜੇ ਨੂੰ ਤੇ ਕੋਲ ਖਲੋ ਕੇ ਕਹਿੰਦਾ ਆਮੀਨ ਆਮੀਨ ਮੈਂ ਨਾਲ ਸ਼ਹਾਦਾ ਲਿਖਿਆ ਸੀ ਜਿੱਥੇ ਇੱਕ ਡਾਕਟਰ ਕੋਲ ਗਿਆ ਤੇ ਡਾਕਟਰ ਸਾਹਿਬ ਕਹਿੰਦਾ ਡਾਕਟਰ ਸਾਹਿਬ ਬੜਾ ਤਕਲੀਫ ਵਿੱਚ ਮੈਂ ਜਿੱਥੇ ਉਂਗਲ ਰੱਖਦਾ ਹਾਂ ਮੈਨੂੰ ਉੱਥੇ ਦਰਦ ਹੁੰਦਾ ਹੈ ਮੈਂ ਇੱਥੇ ਉਂਗਲ ਰੱਖਦਾ ਮੈਨੂੰ ਦਰਦ ਹੁੰਦਾ ਹੈ ਮੈਂ ਇੱਥੇ ਉਂਗਲ ਰੱਖਦਾ ਮੈਨੂੰ ਦਰਦ ਹੁੰਦਾ ਹੈ ਮੈਂ ਇੱਥੇ ਉਂਗਲ ਰੱਖਦਾ ਮੈਨੂੰ ਦਰਦ ਹੁੰਦਾ ਹੈ ਉਹ ਡਾਕਟਰ ਰੋਜ਼ ਦਵਾਈ ਦੇਵੇ
ਉਹ ਰੋਜ਼ ਦਵਾਈ ਦੇਵੇ, ਆਰਾਮ ਨਾਲ ਆਵੇ, ਫਿਰ ਆ ਕੇ ਦੇਵੇ। ਉਹ ਡਾਕਟਰ ਸਾਹਿਬ ਜਿੱਥੇ ਉਹ ਰੱਖਦਾ ਉੱਥੇ ਦੌੜੂਗੀ। ਉਹ ਡਾਕਟਰ ਪਰੇਸ਼ਾਨ ਹੋ ਗਿਆ, ਕਹਿੰਦਾ ਯਾਰ ਮੈਂ ਇੰਨੀ ਸਰਚ ਕੀਤੀ ਹੈ, ਮੈਨੂੰ ਅੱਜ ਤੱਕ ਤੇਰੀ ਬਿਮਾਰੀ ਨੂੰ ਪਤਾ ਚੱਲੀ, ਮੈਂ ਆਪਣੀ ਡਿਗਰੀਆਂ ਖੋਲ ਦਿੱਤੀਆਂ, ਆਖਰ ਤੈਨੂੰ ਬਿਮਾਰੀ ਕੀ ਹੈ? ਕਹਿੰਦਾ ਮੇਰੀ ਉਮਰ ਵਿੱਚ ਦਰਦ ਹੈ, ਜਿੱਥੇ ਰੱਖਦਾ ਉੱਥੇ ਦਰਦ ਹੁੰਦੀ ਹੈ। ਆਰੇ ਗੱਲ ਠੀਕ ਹੈ, ਇਹਨੂੰ ਇੱਕ ਦਫ਼ਾ ਬਹੁਤ ਸ਼ਦੀਦ ਕਿਸਮ ਦਾ ਅਟੈਕ ਹੋਇਆ। ਦਿਨ ਉਹਨੇ ਡਾਕਟਰ ਦੇ ਕੋਲ ਚਲਾ ਗਿਆ, ਉਹਨੇ ਜਾ ਕੇ ਚੈੱਕ ਕੀਤਾ, ਉਹਨੇ ਕਿਹਾ ਭਾਅ ਜੀ ਇਹ ਦਵਾਈ ਲਵੋ ਅਤੇ ਜਾ ਕੇ ਅਤੇ ECG ਕਰਾ ਲਓ। ਉੱਥੋਂ ਨਿਕਲਿਆ ਤਾਂ ਅੱਗੇ ਜਾ ਕੇ ਨਾ ਭੁੱਲ ਗਿਆ ਕੀ ਕਰਾਉਣਾ ਸੀ। ਡਾਕਟਰ ਕੋਲ ਗਿਆ ਤੈਨੂੰ ਕਹਿੰਦਾ ਜੀ ਉਹ ਡਾਕਟਰ ਸਾਹਿਬ ਉਹ ਮੈਨੂੰ ਦਰਦ ਹੋਇਆ ਕਿ ਮੇਰਾ ਨਾ ਉਹ ਆਪਣਾ CNG ਕੱਟ ਗਿਆ। ਉਹਨਾਂ ਨੇ CNG ਕੱਟਤਾ, ਹੁਣ ਕਿਤੇ ਚੜ੍ਹਾਈ ਚੜ੍ਹਨਾ ਪਟਾ ਕੇ ਮਾਰ ਲਿਆ। ਇੱਟ ਚੁੱਕੀ ਤੇ ਸਿਰ 'ਚ ਮਾਰਨੇ ਤਾਂ ਖੂਨ ਨਿਕਲਾਇਆ। ਮੈਂ ਕਿਹਾ ਕੀ ਕੀਤਾ ਖੂਨ ਨਿਕਲਾਇਆ ਤੇਰਾ? ਕਹਿੰਦਾ ਯਾਰ ਮੈਂ ਸ਼ਨਾਖਤੀ ਕਾਰਡ ਬਣਾਉਣਾ ਸੀ ਅਤੇ ਮੇਰਾ ਕੋਈ ਨਿਸ਼ਾਨ ਨਹੀਂ ਸੀ। ਸਕੂਲੇ ਗਿਆ ਹੀ ਨਹੀਂ, ਗਲਤੀ ਨਾਲ ਇੱਕ ਵਾਰੀ ਸਕੂਲ ਚਲਾ ਗਿਆ ਅਤੇ ਇਸਲਾਮੀਆ ਵੀ ਟੀਚਰ ਨੇ ਸਵਾਲ ਕੀਤਾ। ਉਹਨੇ ਕਿਹਾ ਬੇਟਾ ਇੱਕ ਸਵਾਲ ਕਰੂੰ, ਜਵਾਬ ਦੇਵੇ ਜੀ ਬੇਟਾ ਇਹ ਪਤਾ ਹੈ ਇਸ ਗੁਸਲ ਕੇ ਚਾਰ ਮੇਨ ਫਰਾਈਜ਼ ਕੌਣ ਕੌਣ ਸੇ? ਕਹਿੰਦਾ ਜੀ ਅਭੀ ਬਤਾਤਾ ਹੂੰ। ਉਹਨੇ ਕਿਹਾ ਹਾਂ ਕੌਣ ਸੇ? ਕਹਿੰਦਾ ਜੀ ਤੌਲੀਆ, ਸਾਬਣ, ਲੋਟਾ ਅਤੇ ਬਾਲਟੀ। ਆਪਣਾ ਸਕੂਲ ਦਾ ਵੀ ਦੱਸ ਰਿਹਾ, ਇਹ ਜਦੋਂ ਸਕੂਲ ਪਾਉਂਦਾ ਸੀ ਤੇ ਇਹਦੇ ਟੀਚਰ ਨੇ ਇਹਦੇ ਕੋਲ ਪੁੱਛਿਆ ਬੇਟਾ ਐਸਾ ਕੌਣ ਸਾ ਜਾਨਵਰ ਹੈ ਜਿਸ ਦੇ ਦਾਤ ਨਹੀਂ? ਕਹਿੰਦਾ ਮੇਰੀ ਦਾਦੀ। ਸੁਣਾਈ ਕਿ ਮੈਂ ਕਿਸ ਤੋਂ ਆਇਆ ਸਲਾਹ ਮਾਰਦਾ ਕਿ ਭਾਈ ਤੁਸੀਂ ਦੱਸੋ ਕਿ ਪਤਾ ਲੱਗੇਗਾ ਤੁਸੀਂ ਕਿਸ ਤਰ੍ਹਾਂ ਆਏ ਹੋ, ਤੁਹਾਨੂੰ ਮਤਲਬ ਕੀ? ਤੁਸੀਂ ਤਾਂ ਬੜਾ ਕਮਾਲ ਹੋ ਸਲਾਹ ਮਾਰਦਾ। ਜਦੋਂ ਮੈਂ ਟੁਰਿਆ ਨਾ ਤੇ ਮੈਨੂੰ ਸਾਬਰ ਦਾ ਦੇਨ ਸਾਹਿਬ ਨੇ ਕਿਹਾ ਸੀ ਕਿ ਟ੍ਰੇਨ ਹੀ ਚੱਲ ਰਹੀ। ਠੀਕ ਹੋ ਗਿਆ, ਠੀਕ ਹੈ। ਅੱਗੇ ਤੁਹਾਨੂੰ ਅਫਗਾਨੀ ਸਾਹਿਬ ਮਿਲਣਗੇ, ਉਹ ਤੁਹਾਨੂੰ ਨਾਸ਼ਤਾ ਪਾਸਤਾ ਕਰਾਉਣਗੇ, ਟ੍ਰੀਟਮੈਂਟ ਦੇ। ਅਫਗਾਨੀ ਸਾਹਿਬ? ਹਾਂ। ਉਹਨੇ ਆਪ ਕਦੀ ਕੀਤਾ ਨਾਸ਼ਤਾ? ਨਹੀਂ, ਉਹ ਕੀਤਾ ਉਹਨਾਂ ਨੇ। ਅੱਛਾ। ਹਾਂ, ਉਹਨਾਂ ਨੇ ਜੀ ਮੈਨੂੰ ਬੁਲਾਇਆ, ਕਹਿੰਦੇ ਸੀ ਤੁਸੀਂ ਆਉਣਾ ਟ੍ਰੇਨ 'ਚ। ਲੋ ਜੀ ਮੈਂ ਬੜੀ ਖੁਸ਼ੀ ਖੁਸ਼ੀ ਟ੍ਰੇਨ 'ਚ ਗਿਆ। ਮੈਂ ਕਿਹਾ ਚਲੋ ਟ੍ਰੇਨ ਦਾ ਸਫ਼ਰ ਕਰਦੇ, ਵੈਸੇ ਤਾਂ ਅਸੀਂ ਤੁਹਾਨੂੰ ਦੂਜਾ ਕਰ ਦੱਸ। ਠੀਕ ਹੋ ਗਿਆ। ਉਹ ਮੈਂ ਰੇਲਵੇ ਸਟੇਸ਼ਨ 'ਤੇ ਗਿਆ। ਅੱਛਾ। ਉੱਥੇ ਮੈਂ ਦੇਖਿਆ ਇੰਨੀ ਰਾਸ਼ਨ, ਮੈਂ ਇੱਕ ਡੱਬੇ 'ਚ ਵੜਿਆ ਅਤੇ ਰਾਸ਼ੀ ਰਾਸ਼ਨ ਉਹਨਾਂ ਨੇ ਮੈਨੂੰ ਬਾਹਰ ਕਰਤਾ। ਉਹਨਾਂ ਕਿਹਾ ਚਲੋ ਬਾਹਰ ਨਿਕਲ, ਇੱਥੇ ਰਾਸ਼ਨ ਨਹੀਂ, ਕਿੱਧਰ ਆ ਗਏ? ਮੈਂ ਫਿਰ ਦੂਜੇ ਡੱਬੇ 'ਚ ਵੜਿਆ, ਉੱਥੇ ਵੀ ਇੰਨੀ ਰਾਸ਼ਨ, ਮੈਂ ਉਹਦੇ ਪਾ ਗਿਆ। ਉਹਨਾਂ ਨੇ ਕਿਹਾ ਕਿ ਜਗ੍ਹਾ ਨਹੀਂ ਹੈ, ਰਾਸ਼ਨ ਨਹੀਂ ਹੈ, ਤੂੰ ਕਿੱਧਰ ਆ ਗਈ, ਚੱਲ ਬਾਹਰ ਨਿਕਲ। ਮੈਂ ਉੱਥੋਂ ਵੀ ਨਿਕਲ ਗਿਆ। ਠੀਕ। ਉਹਨਾਂ ਨੇ ਤੀਜੇ ਡੱਬੇ 'ਚ ਗਿਆ, ਉੱਥੋਂ ਵੀ ਉਹਨਾਂ ਨੇ ਕੱਢ ਦਿੱਤਾ। ਫਿਰ ਮੈਂ ਲੇਡੀਜ਼ ਡੱਬੇ 'ਚ ਵੜ ਗਿਆ, ਉੱਥੇ ਮੈਂ ਵੜ ਕੇ ਸਹੀ ਜਾ ਸੀ, ਲੇਕਿਨ ਨਿਕਲਿਆ ਅਤੇ ਮੈਂ ਖਿਲ ਰਿਹਾ ਸੀ। ਉਹਨਾਂ ਨੇ ਉਹ ਮੇਰੇ ਪੈਂਜੇ ਕੱਢੀ, ਉਹਨਾਂ ਕਿਹਾ ਲੇਡੀਜ਼ ਦੇ ਵਿੱਚ ਆ ਗਈ, ਚੱਲ ਬਾਹਰ ਨਿਕਲ। ਬੜਾ ਪਰੇਸ਼ਾਨ, ਫਿਰ ਮੇਰੇ ਐਗਜ਼ਾਮ 'ਚ ਤਰਕੀਬ ਆਈ ਕਿ ਉਹ ਮੈਂ ਰੇਲ ਦੇ ਆਖਰੀ ਡੱਬੇ 'ਚ ਵੜ ਗਿਆ। ਆਖਰੀ ਡੱਬੇ 'ਚ ਵੜ ਗਿਆ, ਮੈਂ ਦੇਖਿਆ ਉੱਥੇ ਬੜੀ ਰਾਸ਼ ਮੈਂ ਉੱਥੇ ਜਾਂਦੀ ਰੌਲਾ ਪਾਤਾ। ਮੈਂ ਕਿਹਾ ਸਭ ਆ ਗਏ, ਸਭ ਆ ਗਏ, ਸਭ ਆ ਗਿਆ। ਉਹ ਮਿੰਟ ਹੀ ਡੱਬਾ ਖਾ ਲਈ। ਮੈਂ ਕੀ ਕੀਤਾ, ਮਜ਼ੇਦਾਰ ਜੁੱਤੀਆਂ ਸੁੱਤੀਆਂ ਲਾ ਕੇ ਆਇਆ, ਬੈੱਡ 'ਤੇ ਰੱਖਿਆ, ਮੈਂ ਸੌ ਗਿਆ। ਮੈਂ ਸੁਬਹਾ ਜਦੋਂ ਮੇਰੀ ਅੱਖ ਖੁੱਲ੍ਹੀ, ਮੈਂ ਕਿਹਾ ਦੋ ਜੀ ਹੁਣ ਲਈਆ ਆ ਗਿਆ। ਸੁਬਹਾ ਮੈਂ TV ਨੂੰ ਪੁੱਛਿਆ, ਮੈਂ ਕਿਹਾ ਭਾਅ ਜੀ ਲਈਆ ਆ ਗਿਆ? ਕਹਿੰਦਾ ਨਹੀਂ ਯਾਰ, ਰਾਤ ਨੂੰ ਇਸੇ ਡੱਬੇ 'ਚ ਸੱਪ ਆ ਗਿਆ ਸੀ ਅਤੇ ਗੱਡੀ ਅੱਧੀ ਡੱਬਾ ਛੱਡ ਕੇ ਚਲੀ ਗਈ। ਫਿਰ ਮੈਂ ਕੀ ਕੀਤਾ, ਮੈਂ ਕਿਹਾ ਨਹੀਂ, ਮੈਂ ਕਿਸੇ ਹੋਰ ਡੱਬੇ 'ਚ ਵੜ ਗਿਆ, ਮੈਂ ਇੱਕ ਹੋਰ ਡੱਬੇ 'ਚ ਵੜ ਗਿਆ। ਉੱਥੇ ਜਿਸ ਤਰ੍ਹਾਂ ਮੈਂ ਗਿਆ, ਅੱਧਾ ਟਾਈਮ ਸੀ, ਉਹ ਮੈਂ ਡੱਬੇ 'ਚ ਜਿਸ ਤਰ੍ਹਾਂ ਵੜਿਆ ਅਤੇ ਉੱਥੇ ਹਨੇਰਾ ਪੈ ਗਿਆ। ਹਨੇਰਾ ਪੈ ਗਿਆ ਅਤੇ ਸ਼ੋਰ ਪੈ ਗਿਆ ਨਾ, ਹਨੇਰਾ ਵੀ ਪੈ ਗਿਆ। ਮੈਨੂੰ ਕਿਸੇ ਨੇ ਦੱਸਿਆ ਸੀ ਕਿ ਅਗਰ ਟ੍ਰੇਨ 'ਚ ਲਾਈਟ ਚਲੀ ਜਾਵੇ, ਹਨੇਰਾ ਹੋ ਜਾਵੇ, ਅਤੇ ਤੁਸੀਂ ਉੱਥੇ ਕੋਈ ਜ਼ੰਜੀਰ ਹੁੰਦੀ ਹੈ, ਉਹਨੂੰ ਤੁਸੀਂ ਖਿੱਚੋਗੇ ਨਾ, ਅਤੇ ਉਹ ਫਿਰ TT ਜਾਂ ਕੋਈ ਵੀ ਮਤਲੂਬਾ ਸ਼ਖਸ ਆਏਗਾ, ਉਹਨੂੰ ਤੁਸੀਂ ਆਪਣੀ ਪ੍ਰੋਬਲਮ ਦੱਸੋਗੇ ਅਤੇ ਪ੍ਰੋਬਲਮ ਹੱਲ ਹੋ ਜਾਏਗੀ। ਮੈਂ ਕਿਹਾ ਚਲੋ ਮੈਂ ਜ਼ੰਜੀਰ ਖਿੱਚ ਲੈਣਾ, ਕੋਈ TV ਆਏ ਤਾਂ ਉਹਨੂੰ ਮੈਂ ਦੱਸਾਂ ਕਿ ਯਾਰ ਲਾਈਟ ਚਲੀ ਗਈ। ਲੋਕ ਜੀ ਮੈਂ ਆਪਣੇ ਹਨੇਰੇ 'ਚ ਹੱਥ ਕਰਦੇ ਕਰਦੇ ਨਾ, ਅਤੇ ਇੰਨੇ ਮੇਰੇ ਹੱਥ 'ਚ ਜ਼ੰਜੀਰ ਆਈ, ਉਹ ਮੈਂ ਰੱਖਿਆ ਜ਼ੰਜੀਰ, ਮੈਂ ਪੜਦੇ ਖਿੱਚੀ ਅਤੇ ਵਿੱਚ ਪੈਰ ਗਈ ਮੇਰੇ ਮੂੰਹ 'ਤੇ। ਓਏ ਕੌਣ ਜਿਹੜਾ ਮੈਨੂੰ ਮਾਰਿਆ? ਉਹ ਕੋਈ ਬੋਲੇ ਵੀ ਨਾ ਹਨੇਰੇ 'ਚ। ਫਿਰ ਮੈਂ ਕਿਹਾ ਯਾਰ ਇੱਕ ਵਾਰੀ ਫਿਰ ਕੋਸ਼ਿਸ਼ ਕਰਦਾ। ਫਿਰ ਮੈਂ ਕੋਸ਼ਿਸ਼ ਕੀਤੀ, ਫਿਰ ਮੈਂ ਵੇਖਿਆ ਜ਼ੰਜੀਰ ਸੀ, ਜ਼ੰਜੀਰ ਨੂੰ ਮੈਂ ਫਿਰ ਖਿੱਚਿਆ, ਫਿਰ
ਉਹ ਮੈਂ ਕਿਹਾ ਕੌਣ ਹੈ ਜਿਹੜਾ ਮੇਰੇ ਮਾਲ ਨੂੰ ਜਿਹੜਾ ਮੈਨੂੰ ਫਿਰ ਅੰਦਰ ਮੈਂ ਕਿਹਾ ਚਲੋ ਆਖਰੀ ਟਰਾਈ ਕਰਦਾ ਜਦੋਂ ਮੈਂ ਇੰਜ ਜ਼ਮੀਰ ਖਿੱਚਣ ਲੱਗਾ ਤੇ ਲਹਿਰ ਆ ਗਈ ਉਹ ਵੇਖਿਆ ਤੇ ਇੰਨੀ ਮੋਟੀ ਖਾਤੂਨ ਉਹ ਮੇਰੇ ਅੱਗੇ ਖਲੋਤੀ ਮੈਂ ਕਿਹਾ ਮਾਈ ਤੂੰ ਸੀ ਜਿਹੜੀ ਮੈਨੂੰ ਘੜੀ ਘੜੀ ਚਣਾ ਮਾਰਨ ਡਈ ਸੀ ਕਹਿੰਦੀ ਅੱਛਾ ਤੇ ਉਹ ਤੂੰ ਸੀ ਜਿਹੜਾ ਘੜੀ ਘੜੀ ਮੇਰੀ ਗੁੱਤ ਖਿੱਚ ਰਿਹਾ ਸੀ ਆਲ ਪਾਕਿਸਤਾਨ ਕੇ ਸਿੰਗਰਸ ਕੀ ਆਵਾਜ਼ ਸੁਣਨੇ ਕੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਔਰ ਬੈਲ ਕੇ ਨਾਲ ਪਰ ਜ਼ਰੂਰ ਕਲਿੱਕ ਕਰੇਂ ਤਾਂ ਕਿ ਹਮਾਰੀ ਹਰ ਆਨੇ ਵਾਲੀ ਵੀਡੀਓਜ਼ ਕਾ ਨੋਟੀਫਿਕੇਸ਼ਨ ਆਪ ਆਸਾਨੀ ਸੇ ਹਾਸਲ ਕਰ ਸਕੇਂ ਸ਼ੁਕਰੀਆ।